ਹਾਂਜੀ ਸਾਰੇ ਵੀਰਾਂ ਦਾ ਸਵਾਗਤ ਹੈ ਸਾਡੇ ਚੈਨਲ ਵਿੱਚ। ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ। ਹਾਂਜੀ ਵੀਰ ਜੀ, ਅਸੀਂ ਤੁਹਾਨੂੰ ਅੱਜ ਦੱਸਾਂਗੇ ਸਪਰੇ ਬੁਕਿੰਗ ਧਮਾਕੇਦਾਰ ਔਫਰ। ਇਹ ਜਿਹੜੀ ਵੀਡੀਓ ਆ ਤੁਸੀਂ ਸਾਰੇ ਕਿਸਾਨ ਵੀਰਾਂ ਨਾਲ ਜ਼ਰੂਰ ਸ਼ੇਅਰ ਕਰਨੀ ਆ ਤਾਂ ਜੋ ਛੋਟੇ ਵੱਡੇ ਕਿਸਾਨ ਸਭ ਤੱਕ ਇਹਦਾ ਜਿਹੜਾ ਲਾਭ ਆ ਉਹ ਲੈ ਸਕਣ। ਸਾਡੇ ਤੱਕ ਅਸੀਂ ਵੀ ਹੁਣ ਇਹੀ ਕਰਵਾ ਰਹੇ ਹਾਂ ਅਤੇ ਇਹਦਾ ਇੱਕ ਤਾਂ ਕੋਸਟ ਆਪਾਂ ਨੂੰ ਘੱਟ ਪੈਂਦੀ ਆ ਅਤੇ ਦੂਸਰਾ ਇਹਦਾ ਬੈਨੀਫਿਟ ਹੈਗਾ ਆਪਾਂ ਨੂੰ, ਜਦੋਂ ਆਪਾਂ ਛੋਟੀਆਂ ਛੋਟੇ ਪੰਪ ਨਾਲ ਸਪਰੇਅ ਕਰਾਉਂਦੇ ਹਾਂ ਨਾ ਤਾਂ ਉਹ ਉਨਾ ਆਪਾਂ ਨੂੰ ਰਿਜ਼ਲਟ ਨਹੀਂ ਉਹਦਾ ਮਿਲਦਾ, ਬਿਕੋਜ਼ ਉਹਦੇ ਵਿੱਚ ਪਾਣੀ ਬਹੁਤ ਘੱਟ ਲੱਗਦਾ ਅਤੇ ਪਾਣੀ ਘੱਟ ਲੱਗਣ ਦੀ ਵਜ੍ਹਾ ਕਰਕੇ ਸਾਨੂੰ ਜਿਹੜੀ ਉਹ ਸਪਰੇਅ ਆ ਜੋ ਵੀ ਅਸੀਂ ਦਵਾਈ ਉਹਦੇ 'ਚ ਪਾਈ ਆ ਉਹ ਅਸਰ ਫਸਲ ਦੇ ਉੱਪਰ ਘੱਟ ਕਰਦੀ ਆ। ਅਤੇ ਆਪਾਂ ਵੱਡੇ ਪੰਪ ਨਾਲ ਸਪਰੇਅ ਕਰਵਾ ਕੇ ਦੇਖੀਆ ਅਤੇ ਉਹਦਾ ਜਿਹੜਾ ਉਹਦੇ ਨਾਲੋਂ ਰਿਜ਼ਲਟ ਜ਼ਿਆਦਾ ਵਧੀਆ ਹੈ। ਅਤੇ ਹੁਣ ਆਪਾਂ ਇਹਦੀ ਤੁਹਾਨੂੰ ਬੁਕਿੰਗ ਦੱਸਾਂਗੇ। ਅਸੀਂ ਪਹਿਲਾਂ ਨਾ ਇਹਨੂੰ ਕੀ ਕੀਤਾ ਸੀਗਾ ਤੁਹਾਨੂੰ ਦੱਸ ਰਹੀ ਹਾਂ ਕਿਸਾਨ ਵੀਰੋ, ਆਪਾਂ ਲੋਕਲ ਪੰਪਾਂ ਤੋਂ ਜਿਵੇਂ ਵੱਡੀਆਂ ਜਿਹੜੇ ਸਪਰੇ ਹੁੰਦੇ ਵੱਡੀਆਂ ਜੋ ਟਰੈਕਟਰ ਵਾਲਾ ਹੁੰਦਾ ਪੰਪ ਉਹਦੇ ਨਾਲ ਕਰਵਾਈ ਸੀ। ਉਹ 301 ਏਕੜ ਦਾ ਜਿੱਦਾਂ ਕਿੱਲਾ ਵੀ ਕਹਿ ਦਿੰਦੇ ਨੇ, ਕਈ ਵੀਰ ਖੇਤ ਵੀ ਕਹਿ ਦਿੰਦੇ ਨੇ, 1 ਏਕੜ ਦਾ ਸਾਨੂੰ ਕੋਸਟ ਲੱਗਦੀ ਸੀ 300। ਅਤੇ ਇਹਦੇ ਵਿੱਚ ਕਿਸਾਨ ਵੀਰੋ ਆਪਾਂ ਨੂੰ 160 ਰੁਪਏ ਇੱਕ ਜੋ ਕਿੱਲੇ ਦੀ ਕੋਸਟ ਆਪਾਂ ਨੂੰ ਪੈਂਦੀ ਹੈ ਖੇਤ ਦੀ। ਅਤੇ ਆਪਾਂ ਇਹਨੂੰ ਬੁਕਿੰਗ ਔਨਲਾਈਨ ਹੀ ਕਰਵਾਉਣਾ ਹੁੰਦਾ ਅਤੇ ਉਹ ਤੁਹਾਨੂੰ ਸਾਰੇ ਪ੍ਰੋਸੈਸ ਦੱਸਾਂਗੇ ਵੀ ਕਿਵੇਂ ਕਰਵਾਉਣਾ ਵਾ। ਬਹੁਤ ਈਜ਼ੀ ਤਰੀਕਾ ਹੈ ਅਤੇ ਤੁਸੀਂ ਪਲੀਜ਼ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਛੋਟੇ ਕਿਸਾਨ ਵੀ ਅਤੇ ਵੱਡੇ ਵੀ ਇਹਦਾ ਲਾਭ ਲੈ ਸਕਣ। ਇੰਨਾ ਕੁ ਆਪਣਾ ਫਰਜ਼ ਬਣਦਾ ਹੈ ਤਾਂ ਜੋ ਉਹਨਾਂ ਦੀ ਵੀ ਹੈਲਪ ਹੋ ਸਕੇ। ਸਾਨੂੰ ਹੁਣ ਕੀ ਹੁੰਦਾ ਪਿੰਡਾਂ ਦੇ ਵਿੱਚ ਬੰਦੇ ਨਹੀਂ ਮਿਲਦੇ ਅਤੇ ਬੜਾ ਡਿਫੀਕਲਟ ਹੁੰਦਾ ਹੈ ਸਪਰੇਅ ਕਰਨੀ, ਕਿੰਨਾ ਮੱਥਾ ਮਾਰਨਾ ਹੁੰਦਾ। ਇਹਦੇ ਨਾਲ ਕੋਈ ਟੈਨਸ਼ਨ ਨਹੀਂ, ਕੋਈ ਝੰਝਟ ਨਹੀਂ, ਮਿੰਟੋ ਮਿੰਟ ਹੀ ਉਹਨੇ ਸਪਰੇਅ ਕਰ ਦੇਣੀ ਆ ਅਤੇ ਨਾਲੇ ਰਿਜ਼ਲਟ ਵਧੀਆ। ਚਲੋ ਕਿਸਾਨ ਵੀਰੋ ਆਪਾਂ ਹੁਣ ਵੀਡੀਓ ਨੂੰ ਅੱਗੇ ਸਟਾਰਟ ਕਰਦੇ ਹਾਂ ਕਿ ਪ੍ਰੋਸੈਸ ਕੀ ਹੈ ਇਹਦਾ। ਸਭ ਤੋਂ ਪਹਿਲਾਂ ਆਪਾਂ ਕੀ ਕਰਾਂਗੇ, ਪਲੇ ਸਟੋਰ ਖੋਲ੍ਹਾਂਗੇ। ਸਾਡਾ ਸਕਰੀਨ ਲੌਕ ਹੈ, ਹਾਂਜੀ। ਉਸ ਤੋਂ ਬਾਅਦ ਤੁਸੀਂ ਇਹ ਸਰਚ ਕਰਨਾ ਕਿਸਾਨ ਵੀਰੋ, ਨੇਚਰ ਕੇਅਰ। ਨੇਚਰ ਕੇਅਰ 'ਤੇ ਆਪਾਂ ਇਹਨੂੰ ਇੱਥੋਂ ਇੰਸਟਾਲ ਕਰਾਂਗੇ। ਇਹ ਤੁਸੀਂ ਦੇਖ ਲੈਣਾ ਇਹ ਵਾਲਾ ਆਈਕੋਨ ਹੀ ਹੈ ਇਹਦਾ, ਨੇਚਰ ਫਾਰਮ ਖੇਤੀ, ਇਹ ਵਾਲਾ ਆਈਕੋਨ ਕਰਨਾ। ਹੋਰ ਬਹੁਤ ਸਾਰੀਆਂ ਐਪਲੀਕੇਸ਼ਨਸ ਨੇ ਇਹਦੇ 'ਤੇ, ਬਟ ਆਪਾਂ ਇਹਨੂੰ ਕਰਾਂਗੇ। ਇਹ ਅਤੇ ਇਹ ਦੋਵੇਂ ਸੇਮ ਹੀ ਨੇ ਕਿਸਾਨ ਵੀਰੋ। ਹੁਣ ਜਦ ਤੱਕ ਇਹ ਇੰਸਟਾਲ ਹੁੰਦੀ ਹੈ ਤਾਂ ਉਦੋਂ ਤੱਕ ਤੁਹਾਨੂੰ ਥੋੜ੍ਹੀ ਜਿਹੀ ਵੇਟ ਕਰਨੀ ਪੈ ਸਕਦੀ ਹੈ। ਅਸੀਂ ਜੋ ਵੀ ਜਾਣਕਾਰੀ ਸਾਨੂੰ ਵਧੀਆ ਲੱਗਦੀ ਹੈ ਅਤੇ ਅਸੀਂ ਯੂਜ਼ ਕਰਦੇ ਹਾਂ ਉਹ ਤੁਹਾਡੇ ਨਾਲ ਅਸੀਂ ਸ਼ੇਅਰ ਜ਼ਰੂਰ ਕਰਦੇ ਹਾਂ ਅਤੇ ਤੁਹਾਡਾ ਵੀ ਥੋੜ੍ਹਾ ਜਿਹਾ ਫਰਜ਼ ਬਣਦਾ ਕਿ ਵੀਡੀਓ ਨੂੰ ਕਿਸਾਨਾਂ ਤੱਕ, ਵੀਰਾਂ ਤੱਕ ਪਹੁੰਚਾਇਆ ਜਾਵੇ। ਇਹ ਕੰਪਨੀ ਵਧੀਆ ਸਰਵਿਸ ਦੇ ਰਹੀ ਹੈ ਆਪਾਂ ਨੂੰ। ਚਲੋ ਐਗਰੀਕਲਚਰ ਲਈ, ਵੀਰਾਂ ਲਈ ਬਹੁਤ ਵਧੀਆ ਚੀਜ਼ ਹੈ। ਹਾਂਜੀ ਕਿਸਾਨ ਵੀਰੋ, ਹੁਣ ਓਪਨ ਹੋ ਗਿਆ ਆਪਣਾ ਐਪ, ਓਪਨ 'ਤੇ ਕਲਿੱਕ ਕਰਾਂਗੇ। ਜਿਹੜੀ ਸਪਰੇਅ ਦੀ ਬੁਕਿੰਗ ਆ ਅਸੀਂ ਇਹਦੇ 'ਤੇ ਖੁਦ ਕਰਾਂਗੇ। ਹਾਂਜੀ ਇਹ ਆਪਣਾ ਤੋਂ ਹਲੋ ਨੇਚਰ ਫਾਰਮ, ਹਾਂਜੀ ਇਹਨੂੰ ਅਸੀਂ ਓਨਲੀ ਦਿਸ ਟਾਈਮ ਕਰ ਦੇਵਾਂਗੇ। ਹੁਣ ਤੁਸੀਂ ਲੈਂਗੁਏਜ ਦੇਖ ਸਕਦੇ ਹੋ ਕਿਹੜੀ ਕਰਨੀ ਹੈ। ਪੰਜਾਬੀ ਵੀ ਲੈਂਗੁਏਜ ਹੈਗੀ ਹੈ, ਹਿੰਦੀ ਵੀ ਐਂਡ ਇੰਗਲਿਸ਼। ਆਪਾਂ ਪੰਜਾਬੀ ਦੇ ਵਿੱਚ ਹੀ ਵੀਡੀਓ ਜ਼ਿਆਦਾ ਬਣਾਉਣੇ ਸ਼ੁਰੂ ਕੀਤੀ ਆ ਅਤੇ ਆਪਾਂ ਪੰਜਾਬੀ ਯੂਜ਼ ਕਰਾਂਗੇ। ਹੁਣ ਕਿਸਾਨ ਵੀਰੋ ਆਪਾਂ ਇਹਦੇ 'ਚ ਆਪਣਾ ਨੰਬਰ ਦੇਵਾਂਗੇ, ਨੰਬਰ ਮੈਂ ਹਾਈਡ ਕਰੂੰਗੀ, ਠੀਕ ਹੈ। ਤੁਸੀਂ ਇੱਥੇ ਆਪਣਾ ਨੰਬਰ ਭਰਨਾ ਹੈ ਜਿੱਥੇ ਆ ਟੈਕਸ ਲਿਖਿਆ ਹੋਇਆ, ਅਤੇ ਆਪਾਂ ਮੈਂ ਨੰਬਰ ਆਪਣਾ ਹਾਈਡ ਕਰ ਦੂੰਗੀ ਅਤੇ ਤੁਸੀਂ ਆਪਣਾ ਨੰਬਰ ਫਿਲ ਕਰ ਲੈਣਾ। ਹਾਂਜੀ ਕਿਸਾਨ ਵੀਰੋ, ਜਦੋਂ ਤੁਸੀਂ ਇਹਦੇ 'ਤੇ ਪੂਰਾ ਫੁੱਲ ਨੰਬਰ ਭਰ ਦੋਗੇ ਅਤੇ ਇੱਥੇ ਤੁਹਾਨੂੰ ਅੱਗੇ ਲਿਖਿਆ ਜਿਹੜਾ ਵਾਈਟ ਅਕਸ਼ਰ ਵਿੱਚ ਇਹ ਬਲਿਊ ਸੋਰੀ ਗ੍ਰੀਨ ਕਲਰ ਦਾ ਹੋ ਜਾਏਗਾ ਅਤੇ ਤੁਸੀਂ ਇਹਨੂੰ ਅੱਗੇ 'ਤੇ ਕਲਿੱਕ ਕਰ ਦੋਗੇ। ਹਾਂਜੀ ਉਸ ਤੋਂ ਬਾਅਦ ਤੁਹਾਨੂੰ ਇੱਕ OTP ਆਏਗਾ। ਹਾਂਜੀ ਦੇਖੋ ਸਾਨੂੰ OTP ਆ ਚੁੱਕਿਆ ਹੈ। ਹੁਣ ਆਪਾਂ OTP ਦੇਖਾਂਗੇ ਸਕਰੀਨ ਨੀਚੇ ਕਰਕੇ। ਹਾਂਜੀ ਆਪਾਂ ਨੂੰ, ਤੁਸੀਂ ਦੇਖ ਲਓ ਇੱਧਰ ਆਪਾਂ ਨੂੰ OTP ਆਇਆ 8077, ਉਹ ਆਪਾਂ ਆਪਣਾ OTP ਇੱਥੇ ਦੇਵਾਂਗੇ 8077।
ਸੋਰੀ, ਇੱਥੇ ਅਸੀਂ ਆਪਣਾ ਪਹਿਲਾਂ ਨਾਮ ਭਰਾਂਗੇ। ਉਹ ਜਿਹੜਾ ਓ ਟੀ ਪੀ ਭਰਨ, ਸਾਨੂੰ ਫਿਲ ਕਰਨ ਦੀ ਜ਼ਰੂਰਤ ਨਹੀਂ ਪਈ, ਬਿਕੋਜ਼ ਉਹਨੇ ਆਪਣੇ ਆਪ ਹੀ ਓ ਟੀ ਪੀ ਚੱਕ ਲਿਆ। ਜਸਟ ਸਿੱਧਾ ਆਪਾਂ ਆਪਣਾ ਨਾਮ ਸ਼ੋ ਕਰਾਂਗੇ। ਸੋਰੀ, ਨੇਮ ਸਾਡੇ ਕੋਲੋਂ ਗਲਤ ਫਿਲ ਹੋ ਗਿਆ। ਹਾਂਜੀ, ਨਾਮ ਭਰਨ ਤੋਂ ਬਾਅਦ ਹੁਣ ਫਿਰ ਆਪਾਂ ਇਸਨੂੰ ਅੱਗੇ ਕਰਾਂਗੇ। ਹੁਣ ਇੰਤਜ਼ਾਰ ਕਹਿ ਰਿਹਾ, ਕਿਰਪਾ ਕਰਕੇ ਇੰਤਜ਼ਾਰ ਕਰੋ। ਹਾਂਜੀ ਕਿਸਾਨ ਵੀਰ, ਹੁਣ ਆਪਣਾ ਪ੍ਰੋਸੈਸ ਜਿਹੜਾ ਸ਼ੁਰੂ ਹੋ ਗਿਆ। ਅੱਜ ਤੁਸੀਂ ਦੇਖ ਸਕਦੇ ਹੋ, ਆਪਾਂ ਤੁਹਾਨੂੰ ਬਹੁਤ ਵਧੀਆ ਟਰਾਈ ਕੀਤਾ, ਦੱਸਣ ਦੀ ਕੋਸ਼ਿਸ਼ ਕੀਤੀ ਹੈ। ਅਗਰ ਕੋਈ ਤੁਹਾਨੂੰ ਫਿਰ ਵੀ ਡਾਊਟ ਹੋਵੇ ਤੁਹਾਡਾ, ਤੁਸੀਂ ਪਲੀਜ਼ ਕਮੈਂਟ ਬਾਕਸ ਵਿੱਚ ਪੁੱਛ ਸਕਦੇ ਹੋ। ਕੋਸ਼ਿਸ਼ ਕਰਾਂਗੇ ਕਿ ਜਲਦੀ ਰਿਪਲਾਈ ਦੇ ਸਕੀਏ। ਇਹ ਦੇਖ ਸਕਦੇ ਹੋ ਤੁਸੀਂ ਸਪਰੇ ਬੁਕਿੰਗ, ਅਸੀਂ ਇਸ 'ਤੇ ਟੱਚ ਕੀਤਾ। ਫਾਰਮ ਦੀ ਸਥਿਤੀ ਨੂੰ ਸਾਂਝਾ ਕਰੋ, ਇਹਨਾਂ ਨੇ ਕਿਹਾ ਸੀ ਫਾਰਮ ਦੀ ਸਥਿਤੀ ਆਪਣੀ ਲੋਕੇਸ਼ਨ ਸਾਂਝੀ ਕਰੋ। ਉਹਦੀ ਸਾਂਝੀ ਕਰਕੇ ਦੈਨ ਤੁਹਾਨੂੰ ਆਪਣੇ ਆਪ ਹੀ ਇਹਨੇ ਤੁਹਾਡਾ ਡਾਟਾ ਚੁੱਕ ਲੈਣਾ ਕਿ ਤੁਸੀਂ ਕਿੱਥੇ ਮਤਲਬ ਰਹਿ ਰਹੇ ਹੋ, ਅਤੇ ਦੈਨ ਤੁਸੀਂ ਉਹਨੂੰ ਇਹ ਵਾਲੀਆਂ ਫਸਲਾਂ ਆ ਗਈਆਂ ਪੁੱਛਦੇ ਨੇ ਵੀ ਤੁਸੀਂ ਕਿਹੜੀ ਚੀਜ਼ ਨੂੰ ਸਪਰੇਅ ਕਰਾਉਣੀ ਚਾਹੁੰਦੇ ਹੋ। ਹੁਣ ਆਪਾਂ ਇੱਥੇ ਲੱਭਾਂਗੇ ਕਣਕ, ਚਾਵਲ 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 ਹੀ ਹੋ ਗਿਆ ਨਾ, ਕਿ ਆਪਾਂ ਇਹਨੂੰ ਹੀ ਕਰਾਉਣਾ ਚਾਹੁੰਦੇ ਹਾਂ। ਚਾਵਲ ਹੀ ਪੈਡੀ ਹੁੰਦਾ ਨਾ ਕ੍ਰੋਪ, ਝੋਨਾ। ਹਾਂਜੀ, ਫਾਰਮ ਦਾ ਆਕਾਰ, ਹੁਣ ਆਪਾਂ ਫਾਰਮ ਦੱਸਾਂਗੇ ਕਿ ਸਾਨੂੰ ਕਿੰਨਾ ਆਕਾਰ ਆ ਫਾਰਮ ਦਾ। ਫਾਰਮ ਦਾ ਆਕਾਰ ਮਤਲਬ, ਫਾਰਮ ਦਾ ਆਕਾਰ ਮੀਨਸ ਕਿੰਨੇ ਏਕੜ ਤੁਸੀਂ ਕਰਾਉਣਾ ਚਾਹੁੰਦੇ ਹੋ। ਅਤੇ ਆਪਾਂ ਇਹਦੇ 'ਤੇ ਕਰਾਉਣੀ ਤਾਂ ਉਹਦਾ ਜ਼ਿਆਦਾ, ਪਹਿਲਾਂ ਆਪਾਂ 10 ਏਕੜ ਦਾ ਕਰਕੇ ਦੇਖਦੇ ਹਾਂ ਕਿਸਾਨ ਵੀਰ, ਠੀਕ ਹੈ। ਦੈਨ ਸੁਰੱਖਿਅਤ ਕਰੋ। ਹੁਣ ਉਹ ਕਹਿੰਦੇ ਕਿ ਤਰੀਕ ਦੀ ਚੋਣ ਕਰਨੀ ਹੈ ਆਪਾਂ, ਕਿ ਆਪਾਂ ਕਦੋਂ ਇਹ ਕਰਵਾਉਣੀ ਹੈ। ਜੇ ਤੁਸੀਂ 29 ਡੇਟ ਨੂੰ ਕਰਾਓਗੇ, ਇਹ ਤੁਸੀਂ ਕਿਸਾਨ ਵੀਰੋ ਦੇਖ ਸਕਦੇ ਹੋ, ਅਤੇ ਆਪਾਂ ਨੂੰ 200 ਰੁਪੀਸ ਜਿਹੜਾ 200 ਰੁਪਿਆ ਦੇਣਾ ਹੋਏਗਾ। ਜੇ ਆਪਾਂ 30 ਨੂੰ ਕਰਾਵਾਂਗੇ ਫਿਰ ਵੀ 202 ਡੇਜ਼ ਛੱਡ ਕੇ, ਕਿਉਂਕਿ ਆਪਾਂ ਨੂੰ ਇੰਨਾ ਕੰਪਲਸਰੀ ਨਹੀਂ ਗਾ ਜੇ ਇਹ ਐਮਰਜੈਂਸੀ ਲਈ ਆ। ਹੁਣ ਆਪਾਂ ਨੂੰ 30 ਡੇਟ ਮਿਲ ਰਹੀ ਆ 160 ਰੁਪਏ ਵਿੱਚ, ਅਤੇ ਅਸੀਂ ਇੱਥੇ ਕਲਿੱਕ ਕਰ ਦੇਵਾਂਗੇ। ਤੁਸੀਂ ਪਲੀਜ਼ ਇਹਨੂੰ ਵੀਡੀਓ ਨੂੰ ਚੰਗੀ ਤਰ੍ਹਾਂ ਦੇਖੋਗੇ ਤਾਂ ਤੁਹਾਨੂੰ ਸਮਝ ਲੱਗਣੀ ਹੈ ਕਿ ਕਿਵੇਂ ਬੁਕਿੰਗ ਕਰਾਉਣੀ ਹੈ। ਜਿਨ੍ਹਾਂ ਵੀਰਾਂ ਨੂੰ ਪਤਾ ਤਾਂ ਗੁੱਡ, ਜਿਨ੍ਹਾਂ ਨੂੰ ਨਹੀਂ ਪਤਾ ਉਹ ਵੀਡੀਓ ਨੂੰ ਬਹੁਤ ਧਿਆਨ ਨਾਲ ਦੇਖਣ। ਦੈਨ ਆਪਾਂ ਬੁਕਿੰਗ ਦੀ ਤਰੀਕ ਦੀ ਪੁਸ਼ਟੀ ਇਹਨੂੰ ਕਰ ਦੇਖ ਲਵਾਂਗੇ। ਹੁਣ ਕਿਸਾਨ ਵੀਰੋ, ਇਹਦੀ ਜਿਹੜੀ ਹੈਗੀ ਹੈ, ਹਾਂਜੀ ਕਿਸਾਨ ਵੀਰੋ, ਫਿਰ ਆਪਾਂ ਇਹ ਜਿਹੜਾ ਦਵਾਈ ਦਾ, ਇਹ ਤੁਹਾਨੂੰ ਦਵਾਈ ਸ਼ੋਅ ਹੋਏਗੀ ਇਸ ਬੁਕਿੰਗ 'ਤੇ 300 'ਤੇ ਪ੍ਰਾਪਤ ਕਰੋ। ਪਰ ਆਪਾਂ ਇਹ ਇਹਨਾਂ ਨੂੰ ਇਹ ਆਪਾਂ ਨਹੀਂ ਯੂਜ਼ ਕਰਾਂਗੇ, ਬਿਕੋਜ਼ ਇਹਦਾ ਮੈਨੂੰ ਵੀ ਜ਼ਿਆਦਾ ਪਤਾ ਨਹੀਂ ਹੈਗਾ ਵੀ ਇਹਦੇ ਬਾਰੇ ਕੀ ਆ। ਆਪਾਂ ਜਸਟ ਆਪਣੀ ਦਵਾਈ ਲਗਾਉਣੀ ਚਾਹੁੰਦੇ ਹਾਂ, ਸਪਰੇ ਆਪਾਂ ਆਪਣੀ ਰੱਖਾਂਗੇ। ਅਤੇ ਹੁਣ ਤੁਸੀਂ ਇਹਨੂੰ ਰੇਟ 1600 'ਤੇ ਆਪਾਂ ਬੁਕਿੰਗ ਚੱਲਾਂਗੇ। ਉਹ ਪੁੱਛਦੇ ਨੇ ਆਪਣੇ ਕੋਲੋਂ ਹੁਣ ਕਿ ਤੁਹਾਨੂੰ ਇਸ ਬੁਕਿੰਗ ਸਪਰੇ ਸੇਵਾ ਲਈ ਕਿਸੇ ਵੱਲੋਂ ਸਹਾਇਤਾ ਮਿਲੀ ਸੀ। ਅਸੀਂ ਕਹਾਂਗੇ ਕਿ ਨਹੀਂ ਜਾਂ ਹਾਂ ਲਿਖ ਦਿੰਦੇ ਹਾਂ, ਵੈਸੇ ਨੋ ਹੀ ਲਿਖਾਂਗੇ ਬਿਕੋਜ਼ ਸਾਨੂੰ ਕਿਸੇ ਨੇ ਨਹੀਂ ਕਿਹਾ। ਦੂਸਰਾ, ਮੌਸਮ ਕਵਾਜ ਘਾਟੇ ਨੂੰ ਰੋਕਣ ਲਈ ਮੌਸਮ ਕਵਾਜ ਖਰੀਦੋ। ਇਹ ਵੀ ਲਿਖਿਆ ਘਾਟੇ ਨੂੰ, ਇਹਦਾ ਨਹੀਂ ਪਤਾ ਕਿਸਾਨ ਵੀਰੋ, ਆਪਾਂ ਨੂੰ ਪਤਾ ਕਰਕੇ ਦੱਸਾਂਗੇ। ਜਿਹੜੀ ਚੀਜ਼ ਆਪਾਂ ਨੂੰ ਨਹੀਂ ਪਤਾ ਅਸੀਂ ਨਹੀਂ ਕਵਾਂਗੇ। 300 'ਤੇ ਪ੍ਰਾਪਤ ਕਰੋ, ਫਿਰ ਉਹੀ ਆ ਰਿਹਾ, ਬਟ ਨਹੀਂ ਅਸੀਂ ਇਹਨੂੰ ਹੀ ਸੁਰੱਖਿਅਤ ਕਰੋ 'ਤੇ ਕਲਿੱਕ ਕਰਾਂਗੇ। ਹਾਂਜੀ ਕਿਸਾਨ ਵੀਰੋ, ਹੁਣ ਤੁਸੀਂ ਦੇਖ ਸਕਦੇ ਹੋ ਰੈਫਰ ਦਾ ਨਾਮ, ਜਿਹਨੇ ਸਾਨੂੰ ਰੈਫਰ ਕੀਤਾ, ਜਦੋਂ ਕੀਤਾ ਹੀ ਨਹੀਂ ਤਾਂ ਭਰਨਾ ਕੀ ਆ। ਅਤੇ ਦੈਨ ਮੋਬਾਈਲ ਨੰਬਰ ਨਹੀਂ ਭਰੇ, ਨਹੀਂ ਆਪਾਂ ਨੂੰ ਕੋਈ ਰੈਫਰ ਨਹੀਂ ਗਾ ਆਪਾਂ ਨੂੰ, ਠੀਕ ਹੈ। ਦੈਨ ਆਪਾਂ ਤੁਸੀਂ ਵੀ ਨੋ ਹੀ ਕਲਿੱਕ ਕਰ ਦੇਣਾ, ਜਾਂ ਫਿਰ ਤੁਸੀਂ ਸਾਡਾ ਰੈਫਰ ਕੋਡ ਭਰ ਸਕਦੇ ਹੋ। ਪਰ ਸਾਨੂੰ ਕਿਸੇ ਨੇ ਐਡਵਾਈਜ਼ ਨਹੀਂ ਕੀਤਾ ਅਤੇ ਅਸੀਂ ਕਿਸੇ ਦਾ ਨਾਮ ਨਹੀਂ ਭਰਿਆ। ਸਪਰੇ ਨੂੰ ਸਾਡੇ ਆਪਣੇ ਜਿਹੜੀ ਹੁਣ ਸਪਰੇ ਆ, ਇਹ ਵੱਡਾ ਡੱਡੂ ਜਿਹਾ ਟਰੈਕਟਰ ਵਾਲਾ ਆਏਗਾ, 31
ਸੌਰੀ 31/8/2022 ਨੂੰ ਬੁੱਕ ਕੀਤਾ ਗਿਆ ਹੈ। ਠੀਕ ਹੈ ਕਿਸਾਨ ਵੀਰੋ, ਅਤੇ ਵੀਡੀਓ ਚੰਗੀ ਲੱਗੀ ਤਾਂ ਸਬਸਕ੍ਰਾਈਬ ਦੇਖੋ ਤੁਸੀਂ ਦੇਖ ਸਕਦੇ ਹਾਂ। ਆਪਾਂ ਨੂੰ ਇਹਨਾਂ ਦਾ ਮੈਸੇਜ ਨਾਲ ਹੀ ਆ ਗਿਆ, ਇਹ ਤੁਹਾਨੂੰ ਦਿਖਾਵਾਂਗੇ ਇੱਕ ਮਿੰਟ। ਇੱਥੇ ਕਿਸਾਨ ਵੀਰੋ ਆਪਾਂ ਨੂੰ ਮੈਸੇਜ ਇਹਨਾਂ ਦਾ ਆਇਆ ਹੈ, ਪਲੀਜ਼ ਥੋੜ੍ਹੀ ਵੇਟ ਕਰ ਲਵੋ। ਹਾਂਜੀ ਕਿਸਾਨ ਵੀਰੋ, ਆਪਾਂ ਨੂੰ ਤੁਸੀਂ ਦੇਖ ਸਕਦੇ ਹਾਂ ਜਿਹੜਾ ਟੈਕਸ ਮੈਸੇਜ ਹੁੰਦਾ ਉਹਦੇ 'ਤੇ ਇੱਕ ਮੈਸੇਜ ਆਪਾਂ ਨੂੰ ਆ ਗਿਆ ਹੈ। ਸੋਰੀ, ਇਹ ਦੇਖ ਸਕਦੇ ਹੋ, ਇਹ ਜਿਹੜੀ ਬੁਕਿੰਗ ਆਪਣੀ ਉਹ ਹੋ ਗਈ ਹੈ। ਪਿਆਰੇ ਮਨਪ੍ਰੀਤ ਸਿੰਘ, ਨੇਚਰ ਫਾਰਮ ਨਾਲ ਇੱਕ ਸਪਰਿੰਗ ਸੇਵਾ ਬੁੱਕ ਕਰਨ ਲਈ ਤੁਹਾਡਾ ਧੰਨਵਾਦ। ਤੁਹਾਡੀ ਬੁਕਿੰਗ ਦੇ ਵੇਰਵੇ ਜਿੱਦਾਂ ਸਾਨੂੰ ਵੇਰਵਾ ਦੇਤਾ, ਟੋਕਨ ਆਈਡੀ ਦੇਤੀ, ਠੀਕ ਹੈ, ਐਂਡ ਸਾਡਾ ਆਪਰੇਟਰ ਜਲਦੀ ਤੁਹਾਡੇ ਨਾਲ ਸੰਪਰਕ ਕਰੇਗਾ। ਜੇਕਰ ਤੁਹਾਨੂੰ ਕਿਸੇ ਸਹਾਇਤਾ ਦੀ ਜ਼ਰੂਰਤ ਹੈ ਤਾਂ ਹੈਲਪਲਾਈਨ ਨੰਬਰ 'ਤੇ ਕਾਲ ਕਰ ਸਕਦੇ ਹੋ। ਹੁਣ ਆਪਾਂ ਨੂੰ ਕੋਈ ਸਹਾਇਤਾ ਦੀ ਜ਼ਰੂਰਤ ਨਹੀਂ ਹੈ ਕਿਸਾਨ ਵੀਰੋ, ਅਤੇ ਹੁਣ ਆਪਾਂ ਕੁਛ ਨਹੀਂ ਕਰਾਂਗੇ। ਅਤੇ ਤੁਸੀਂ ਹੁਣ ਵੀਡੀਓ ਨੂੰ ਜੋ ਆਪਣਾ ਕੰਮ ਉਹ ਕਰ ਦੇਣਾ, ਲਾਈਕ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰਨਾ। ਆਪਾਂ ਕਦੇ ਤੁਹਾਨੂੰ ਸ਼ੇਅਰ ਕਰਨ ਲਈ ਨਹੀਂ ਕਿਹਾ, ਕਿਉਂ ਨਹੀਂ ਕਿਹਾ, ਕਿਉਂਕਿ ਆਪਾਂ ਜੇ ਇਹ ਵੀਡੀਓਆਂ ਨੂੰ ਸ਼ੇਅਰ ਨਾ ਕਰਾਂਗੇ ਤਾਂ ਜਿਹੜੇ ਕਿਸਾਨ ਵੀਰ ਬਹੁਤ ਮਤਲਬ ਛੋਟੇ ਲੈਵਲ 'ਤੇ ਵਰਕ ਕਰਦੇ ਨੇ ਜਾਂ ਕਈ ਵੱਡੇ ਵੀ ਨੇ ਜਿਹੜੇ ਟੈਕਨੋਲੋਜੀ ਨਾਲ ਜਿੱਦਾਂ ਨਿਊ ਜਿਵੇਂ ਅਪਡੇਟ ਆ ਰਿਹਾ ਉਹਨਾਂ ਨਾਲ ਨਹੀਂ ਜੁੜੇ, ਤਾਂ ਉਹਨਾਂ ਤੱਕ ਇਹ ਨਹੀਂ ਪਹੁੰਚ ਪਾਏਗਾ। ਸੋ ਵੀਡੀਓ ਨੂੰ ਧਿਆਨ ਨਾਲ ਵੀ ਦੇਖਿਆ ਕਰੋ, ਐਂਡ ਲੱਗਦਾ ਸਮਾਂ ਹੈਗਾ ਬਟ ਉਹਦੇ ਵਿੱਚ ਅਸੀਂ ਵੀ ਆਪਣਾ ਟਾਈਮ ਕੱਢ ਕੇ ਤੁਹਾਨੂੰ ਨੌਲੇਜ ਦਿੰਦੇ ਹਾਂ ਕਿ ਜਿੰਨੀ ਹੋ ਸਕਦੀ ਹੈ। ਪਤਾ ਹੈ ਕਿ ਅੱਜ ਕੱਲ੍ਹ ਸਾਰੀ ਦੁਨੀਆ ਹੀ ਬਹੁਤ ਐਡਵਾਂਸ ਹੋ ਚੁੱਕੀ ਆ, ਬਟ ਕੁਛ ਵੀਰ ਹਜੇ ਵੀ ਜਿਹੜੇ ਹੈਗੇ ਆ ਇਸ ਇਹਨਾਂ ਸਹੂਲਤਾਂ ਤੋਂ ਬੈਕ ਰਹਿ ਰਹੇ ਨੇ, ਅਤੇ ਆਪਾਂ ਸਾਰੇ ਲਾਭ ਲਈਏ ਇਹਨਾਂ ਦਾ। ਹੁਣ ਅਸੀਂ ਜਿੱਦਾਂ ਸਾਡੇ ਸਪਰੇਅ ਆ ਗਈ ਆ ਪੰਪ, ਇਹ ਉਸ ਦਿਨ ਤੁਹਾਨੂੰ ਅਸੀਂ ਫਿਰ ਵੀਡੀਓ ਪਾ ਕੇ ਦਿਖਾਵਾਂਗੇ ਕਿ ਵੀ ਐਪ ਸਾਡਾ ਵਰਕ ਹੋ ਗਿਆ, ਅੱਜ ਡੇਟ ਕਿੰਨੀ ਹੈ, ਹਾਂਜੀ 29 ਹੈ। ਠੀਕ ਹੈ ਕਿਸਾਨ ਵੀਰੋ, ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ।